ਸਵਾਗਤ ਕਰਦੇ ਹਾਂ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਪੰਜਾਬੀ ਭਰਾ ਇੱਕ ਵੱਡਾ ਕਾਂਡ ਕਰਕੇ ਕੈਨੇਡਾ ਨੂੰ ਹੋ ਚੱਲਿਆ ਸੀ ਫਰਾਰ ਪਰ ਇੱਕ ਉਸ ਦੀ ਸਭ ਤੋਂ ਵੱਡੀ ਗਲਤੀ ਉਸ ਨੂੰ ਅੰਮ੍ਰਿਤਸਰ ਪੁਲਿਸ ਨੂੰ ਗ੍ਰਿਫਤਾਰ ਕਰਵਾ ਦਿੰਦੀ ਹੈ ਤੁਹਾਡੇ ਨਾਲ ਪੂਰੀ ਵੀਡੀਓ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਪਹਿਲੀ ਵਾਰ ਚੈਨਲ ਤੇ ਆਇਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਇੱਕ ਬਹੁਤ ਵੱਡਾ ਕਾਂਡ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਵੀ ਕੈਨੇਡਾ ਬ੍ਰੈਂਟਨ ਦੇ ਵਿੱਚ ਜੇਕਰ ਤੁਹਾਡੇ ਬੱਚੇ ਰਹਿੰਦੇ ਆ ਜਾਂ ਫਿਰ ਸਰੀ ਬ੍ਰਿਟਿਸ਼ ਕੋਲੰਬੀਆ ਪਲੱਸ ਵੈਂਕੂਵਰ ਐਂਡ ਟੋਰਾਂਟੋ ਉੱਥੇ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਜੇਕਰ ਤੁਸੀਂ ਉਸ ਸਕੈਮ ਬਾਰੇ ਵੀ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਲਿਖੋ ਕੈਨੇਡਾ C A N A D A ਕੈਨੇਡਾ ਲਿਖੋਗੇ ਇਹ ਸਾਡਾ ਕੋਡ ਹੈ ਥੈਂ ਤੁਹਾਡੇ ਨਾਲ ਅਸੀਂ ਨੈਕਸਟ ਵੀਡੀਓ ਸ਼ੇਅਰ ਕਰਾਂਗੇ ਉਹ ਵੀਡੀਓ ਤੁਸੀਂ ਆਪਣੇ ਬੱਚਿਆਂ ਤੱਕ ਕੈਨੇਡਾ ਵਿੱਚ ਰਹਿੰਦੇ ਜ਼ਰੂਰ ਸ਼ੇਅਰ ਕਰ ਦੇਣੀ ਆ ਤੇ ਉਹ ਇਸ ਸਕੈਮ ਤੋਂ ਬਚ ਸਕਣ ਇਸ ਸਕੈਮ ਦੇ ਵਿੱਚ ਸਭ ਤੋਂ ਵੱਧ ਜੋ ਰਗੜੀਆਂ ਜਾਣ ਵਾਲੀਆਂ ਹੈ ਕੁੰਡੇ ਦੇ ਵਿੱਚ ਉਹ ਕੁੜੀਆਂ ਹੈ ਮਤਲਬ ਕੁੜੀਆਂ ਦਾ ਸਭ ਤੋਂ ਵੱਧ ਉਸ ਮਾਮਲੇ ਦੇ ਵਿੱਚ ਗਹਿਰਾਈ ਦੇ ਨਾਲ ਕੁਝ ਵੱਡਾ ਕਾਂਡ ਹੋ ਰਿਹਾ ਪੂਰੀ ਵੀਡੀਓ ਸ਼ੇਅਰ ਨਹੀਂ ਕਰ ਸਕਦੇ ਇਸ ਦੇ ਵਿੱਚ ਕਿਉਂਕਿ ਵੀਡੀਓ ਕਾਫੀ ਲੰਬੀ ਬਣ ਜਾਂਦੀ ਹੈ ਗੱਲ ਕਰਦੇ ਹਾਂ ਪੁਲਿਸ ਅੰਮ੍ਰਿਤਸਰ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ 에어ਪੋਰਟ ਯਾਤਰੀਆਂ ਨੂੰ ਇਆ ਤ੍ਰੀ ਨੁਹਤਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਸੀ ਅਮਰਦੀਪ ਸਿੰਘ ਜੋਹਲ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲਾ ਸੀ ਤੇ ਇਹ ਗੁਰਦਾਸਪੁਰ ਆਪਣੇ ਪੰਜਾਬ ਦੇ ਵਿੱਚ ਹੀ ਪੈਂਦਾ ਹੈ ਇਸ ਮੌਜਮ ਲੈ ਪਾਸਟ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਕੀਤਾ ਸੀ ਉਸ ਤੋਂ ਬਾਅਦ ਏਜੰਟ ਨੂੰ ਪੈਸੇ ਦੇ ਕੇ ਵਿਸਟਰੀ ਵਿਜ ਉਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਬਸ ਫਰਾਰ ਹੋ ਸਕਦਾ ਸੀ ਪਰ ਇਹਦੇ ਕੋਲੇ ਹਥਿਆਰ ਸੀ ਪਰ ਕਿੰਨੇ ਰੱਬ ਬਹੁਤ ਵੱਡਾ ਹੈ ਉਹ ਸੁੱਤੇ ਪਾਸ਼ਾ ਉੱਪਰ ਵਾਲਾ ਬਹੁਤ ਵੱਡਾ ਹੈ ਉਹ ਐਵੇਂ ਕਿਸੇ ਨੂੰ ਭਜਨ ਨਹੀਂ ਦਿੰਦਾ ਜੇ ਕੋਈ ਜ਼ੁਲਮ ਕਰਦਾ ਹੈ ਜਾਂ ਕੁਝ ਗਲਤ ਕਰਦਾ ਹੈ ਕਿਸੇ ਦੇ ਨਾਲ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਜਾਂ ਤਾਂ ਬੁੱਧੀ ਪਛਟ ਕਰ ਦਿੰਦਾ ਹੈ ਉਸ ਇਨਸਾਨ ਦੀ ਜਾਂ ਫਿਰ ਉਸ ਇੱਕ ਕਿਸੇ ਦੇ ਰੂਪ ਦੇ ਵਿੱਚ ਆ ਕੇ ਉਸ ਯਾਤਰੀ ਨੂੰ ਇਨਸਾਫ ਦਿਵਾਉਣ ਲਈ ਥੱਲੇ ਆ ਜਾਂਦਾ ਹੈ ਸੋ ਦੇਖ ਸਕਦੇ ਹੋ ਕਹਿੰਦੇ ਨੇ ਕਿ ਕਰਮਾਂ ਤੋਂ ਕੋਈ ਭੱਜ ਨਹੀਂ ਸਕਿਆ ਕਰਮਾਂ ਤੋਂ ਕੋਈ ਭੱਜ ਨਹੀਂ ਸਕਿਆ ਗਲਤ ਕਰਕੇ ਕੋਈ ਭੱਜ ਨਹੀਂ ਸਕਿਆ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਪਰ ਇਨਸਾਫ ਸਾਰਿਆਂ ਨੂੰ ਮਿਲਦਾ ਹੈ ਸੋ ਇਹੋ ਜਿਹੀ ਗਲਤ ਕੰਮ ਨਾ ਕਰਿਆ ਕਰੋ ਵਿਸ਼ਟ ਵਿਜੇ ਵਾਲਿਓ ਸੁਧਰ ਜੋ ਤੁਹਾਡਾ ਨਾ ਬਹੁਤ ਕੁਝ ਹੋ ਸਕਦਾ ਹੈ